ਹਲਕਾ ਟਾਂਡਾ ਉੜਮੁੜ ਅਧੀਨ ਆਉਂਦੇ ਪਿੰਡ ਜਗੂਰਾ ਵਿਖੇ ਇੱਕ ਪੁਰਾਤਨ ਕਿਲੇ ਦੀ ਹੋਂਦ ਨੂੰ ਖਤਮ ਹੋਣ ਤੋਂ ਬਚਾਉਣ ਲਈ ਸਥਾਨਕ ਲੋਕਾਂ ਵੱਲੋਂ ਮੋਰਚਾ ਖੋਲ ਦਿੱਤਾ ਗਿਆ। ਦਰਅਸਲ ਹਜ਼ਾਰਾਂ ਸਾਲ ਪੁਰਾਣੇ ਰਾਜੇ ਜਨਮੇਜਾ ਦੇ ਨਾਮ ਦੇ ਨਾਲ ਮਸ਼ਹੂਰ ਇਹ ਕਿਲਾ ਦਿਨੋ ਦਿਨ ਖਸਤਾ ਹੁੰਦਾ ਜਾ ਰਿਹਾ ਹੈ ਅਤੇ ਇਸ ਦੀ ਖਸਤਾ ਹਾਲ ਦੇ ਜ਼ਿੰਮੇਦਾਰ ਕਿਲੇ ਦੇ ਨਾਂ ਬੁਰੇ ਨਜਾਇਜ਼ ਖੁਦਾਈ ਦੱਸੀ ਜਾ ਰਹੀ ਹੈ। ਸੰਘਰਸ਼ ਕਰਕੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਸ ਸੰਬੰਧੀ ਪ੍ਰਸ਼ਾਸਨ ਨੂੰ ਕਈ ਵਾਰ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਪਰ ਹਾਲ ਤੱਕ ਇਸ ਦਾ ਕੋਈ ਵੀ ਹੱਲ ਨਹੀਂ ਕੱਢਿਆ ਗਿਆ। ਪਿੰਡ ਵਾਸੀਆਂ ਵੱਲੋਂ ਸਰਕਾਰ ਕੋਲੋਂ ਇਸ ਕਿਲੇ ਦੀ ਸਾਂਭ ਸੰਭਾਲ ਕਰਾਉਣ ਦੀ ਮੰਗ ਕਰਦੇ ਹੋਏ ਸੰਘਰਸ਼ ਨੂੰ ਵੱਡੇ ਪੱਧਰ ਤੇ ਉਲੀਕਣ ਦੀ ਵੀ ਚੇਤਾਵਨੀ ਦਿੱਤੀ ਗਈ ਹੈ। ਕਿਲਾ ਆਪਣੇ ਬਣਿਆ ਹੋਇਆ ਸਾਰਾ ਇਹਦੇ ਵਿੱਚ ਜਿੰਨੇ ਵੀ ਪਿੰਡ ਦੇ ਲੋਕ ਹੈਗੇ ਜਾਂ ਆਲੇ ਦੁਆਲੇ ਜਿੰਨੇ ਵੀ ਲੋਕ ਹੈਗੇ ਆ ਉਹਨਾਂ ਨੇ ਸਾਰਿਆਂ ਨੇ ਪਹਿਲਾਂ ਤੇ ਜਗ੍ਹਾ ਨੂੰ ਨਜਾਇਜ਼ ਵਰਤਿਆ। ਮੁੜ ਕੇ ਹੁਣ ਸਾਰੀ ਮਿੱਟੀ ਦੀ ਖੁਦਾਈ ਮਤਲਬ ਗੈਸ ਮੂਨੀ ਕਰਦੇ ਪਏ। ਜਿੰਨੇ ਵੀ ਸਾਡੇ ਸਰਪੰਚ ਸਾਹਿਬ ਨੇ ਗੱਲ ਕੀਤੀ ਸੀ, SDM ਸਾਹਿਬ, DSP ਸਾਹਿਬ, DP ਸਾਹਿਬ ਨਾਲ ਗੱਲ ਕੀਤੀ ਸੀ ਪਰ ਕਿਸੇ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ। ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਹਾਂ ਵੀ ਜਿੰਨੇ ਵੀ ਮੰਦਰ ਦੀ ਜਾਂ ਕਿਲੇ ਦੀ ਥਾਂ ਹੈਗੀ ਆ ਸਾਰੀ ਛੜਾਈ ਜਾਵੇ, ਜਿੰਨੇ ਵੀ ਕਬਜ਼ੇ ਜੇ ਇਹਨਾਂ ਨੇ ਨਾ ਛੜਾਈ ਪਰਸ਼ੂ